ਹਾਂਜੀ ਯਾਰੋ ਵੈਲਿਊ ਕੀ ਹਾਲ ਚਾਲ ਨੇ ਉਮੀਦ ਕਰਨਾ ਸਾਰੇ ਮੇਰੇ ਵੀਰ ਭੈਣ ਭਰਾ ਖੈਰ ਕਰੀਏ ਚੈਨਲ ਹੋਵਗੇ ਅੱਜ ਗੱਲ ਕਰਾਂਗੇ ਜੀ criptocurrency basic course ਚੌਥੀ ਵੀਡੀਓ ਲੈ ਕੇ ਆਇਆ ਤੇ ਗੱਲ ਕਰਾਂਗੇ ਜੀ ਆਪਣਾ ਮੈਂ ਆਪਣੇ metamask account ਦੇ ਵਿੱਚ ਪੈਸੇ ਕਿਸ ਤਰੀਕੇ ਦੇ ਨਾਲ ਜਮ੍ਹਾਂ ਕਰਵਾਉਣੇ ਨੇ ਤੇ ਕਿਸ ਤਰੀਕੇ ਦੇ ਨਾਲ ਬਾਹਰ ਕਢਾਉਣੇ ਨੇ ਡਿਪੋਜ਼ਿਟ ਕਿਸ ਤਰ੍ਹਾਂ ਕਰਨਾ ਤੇ ਵਿਡਡਰਾ ਦਾ ਤਰੀਕਾ ਕਰ ਕੀ ਹੈ ਤੇ ਫਟਾਫਟ ਜਲਦੀ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਉੱਤੇ لازਮੀ ਕਲਿੱਕ ਕਰਿਓ ਤੇ ਆਪਣਾ ਮੈਟਾਮਾਸਕ ਦਾ ਅਕਾਊਂਟ ਤੁਸੀਂ ਓਪਨ ਕਰ ਲੈਣਾ ਹੈ ਤੇ ਅਗਰ ਤੁਹਾਡੇ ਕੋਲ ਇੱਥੇ ਆ ਉੱਪਰ ਮੈਟਾਮਾਸਕ Google Chrome ਦੇ ਵਿੱਚ ਸ਼ੋ ਨਹੀਂ ਹੋ ਰਿਹਾ ਫਿਰ ਕਹਿ ਰਹੇ ਹਾਂ ਜੀ ਆਪਣਾ ਕਿ ਇਹ ਵੀਡੀਓ لازਮੀ ਜਿਹੜਾ ਨਾ ਪਹਿਲੀਆਂ ਤਿੰਨ ਦੇਖ ਲਓ ਨਹੀਂ ਤੇ ਤੁਹਾਨੂੰ ਇਸ ਵੀਡੀਓ ਦੀ ਵੀ ਕੁਝ ਸਮਝ ਨਹੀਂ ਲੱਗਣੀ ਅਗਰ ਤੁਹਾਡੇ ਕੋਲ ਇੱਥੇ ਆ ਮੈਟਾਮਾਸਕ ਦਾ ਜਿਹੜਾ ਉਹ ਨਾ ਇਹ ਆਪਣਾ ਲੂਮਰੀ ਜਈ ਠੀਕ ਹੈ ਜਿਹੜਾ ਉਹਦਾ ਆਈਕਨ ਹੈ ਅਗਰ ਇਹ ਸ਼ੋ ਨਹੀਂ ਹੋ ਰਿਹਾ ਠੀਕ ਹੈ ਤੇ ਆਪਣਾ ਦੇਖੋ ਸ਼ੋ ਨਹੀਂ ਹੋ ਰਿਹਾ ਠੀਕ ਹੈ ਤੁਸੀਂ ਐਸ ਛੋਟਾ ਜਿਹਾ ਐਕਸਟੈਂਸ਼ਨ ਦਾ ਆਈਕਨ ਬਣਿਆ ਹੈ ਦੇ ਉੱਪਰ ਕਲਿੱਕ ਕਰੋਗੇ ਉਸ ਤੋਂ ਬਾਅਦ ਇੱਥੇ ਤੁਹਾਨੂੰ ਜਿਹੜਾ ਨਾ ਮੈਟਾਮਾਸਕ ਨਜ਼ਰ ਆ ਜਾਏਗਾ ਇੱਥੇ ਤੁਸੀਂ ਇਹ ਪਿੰਨ ਕਰ ਦੇਣਾ ਜੂਹੀ ਪਿੰਨ ਕਰੋਗੇ ਉੱਪਰ ਤੁਹਾਨੂੰ ਸ਼ੋ ਹੋ ਜਾਏਗਾ ਉਸ ਤੋਂ ਬਾਅਦ ਇਹਦੇ ਉੱਪਰ ਕਲਿੱਕ ਕਰੋਗੇ ਜੂਹੀ ਕਲਿੱਕ ਕਰੋਗੇ ਤਾਂ ਉਸ ਤੋਂ ਬਾਅਦ ਇੱਥੇ ਆਪਣਾ ਅਗਰ ਅਥੀਰੀਅਮ ਹੋਇਆ ਠੀਕ ਹੈ ਅਥੀਰੀਅਮ ਹੋਇਆ ਤਾਂ ਫਿਰ ਤੁਸੀਂ ਇਹਦੇ ਉੱਪਰ ਇੱਥੇ ਕਲਿੱਕ ਕਰਨਾ ਉਸ ਤੋਂ ਬਾਅਦ ਆਪਣਾ ਡੀਐਸਸੀ ਸਮਾਰਟ ਚੇਨ ਦੇ ਉੱਪਰ ਕਲਿੱਕ ਕਰ ਦੇਣਾ ਇਹ ਬੀਐਸਸੀ ਸਮਾਰਟ ਚੈਨ ਕਿਸ ਤਰੀਕੇ ਦੇ ਨਾਲ ਆਇਆ ਮੈਂ ਫੇਰ ਕਹਿ ਰਿਹਾ ਪਿਛਲੀਆਂ ਵੀਡੀਓ ਦੇਖ ਲਓ ਤੁਹਾਨੂੰ ਸਮਝ ਲੱਗ ਜਾਈਗੀ ਅੱਛਾ ਉਸ ਤੋਂ ਬਾਅਦ ਇਹ ਮੇਨ ਸਕਰੀਨ ਤੇ ਕਿਵੇਂ ਲੈ ਕੇ ਆਣਾ ਠੀਕ ਹੈ ਇਹਨੂੰ ਅਗਰ ਮੈਂ ਇੱਥੇ ਕ੍ਰਾਸ ਕਰ ਦਿੰਨਾ ਇਹਦੇ ਉੱਪਰ ਕਲਿੱਕ ਕਰਾਂਗੇ ਉਸ ਤੋਂ ਬਾਅਦ ਇੱਥੇ ਇਹ ਤਿੰਨ ਡਾਟ ਜਿਹੜੇ ਨੇ ਇਹਨਾਂ ਦੇ ਉੱਪਰ ਕਲਿੱਕ ਕਰਾਂਗੇ ਤੇ ਐਕਸਪੈਂਡ 뷰 ਦੇ ਉੱਪਰ ਕਲਿੱਕ ਕਰ ਦਾਂਗੇ ਠੀਕ ਹੈ ਇਹ ਮੇਨ ਸਕਰੀਨ ਤੇ ਆ ਜਾਏਗਾ ਹੁਣ ਗੱਲ ਕਰਨੀ ਹੈ ਜੀ ਇਹਦੇ ਵਿੱਚ ਪੈਸੇ ਜਮ੍ਹਾਂ ਕਿਸ ਤਰ੍ਹਾਂ ਕਰਵਾਉਣੇ ਡਿਪੋਜ਼ਿਟ ਕਿਸ ਤਰ੍ਹਾਂ ਕਰਨੇ ਨੇ ਤੁਹਾਡੇ ਕੋਲ ਇੱਥੇ ਤੁਸੀਂ ਕੋਈ ਵੀ ਆਪਣਾ ਪੇਅਰ ਅਗਰ ਤੁਸੀਂ ਬਾਈ ਕਰਨਾ ਜਾਂ ਸੇਲ ਕਰਨਾ ਨਾ ਤੇ ਮੇਰੇ ਦੋਸਤੋ ਯਾਦ ਰੱਖਣਾ ਦੇਸ਼ਾ ਕੋ ਟ੍ਰਸਟ ਵਾਲਟ ਹੋਵੇ ਜਾਂ ਤੁਹਾਡਾ ਮੈਟਾਮਾਸਕ ਮੈਟਾਮਾਸਕ ਵਾਲਟ ਹੋਵੇ ਤੁਹਾਡੇ ਕੋਲ ਬਾਈਨੈਂਸ ਮਾਰਚਨ ਯਾਨੀ ਕਿ ਬੀਐਨਬੀ ਤੁਹਾਡੇ ਕੋਲ ਹੋਣੇ ਲਾਜ਼ਮੀ ਨੇ ਥੋੜੇ ਜਿਹਾ ਬੀਐਨਬੀ ਜਿਹੜਾ ਨਾ ਇਹਦੇ ਵਿੱਚ ਯਾਨੀ ਕਿ ਤੁਸੀਂ ਜਮਾ ਕਰਵਾ ਦੇਣੇ ਨੇ ਉਸ ਤੋਂ ਬਾਅਦ ਤੁਸੀਂ ਅਗੋ ਯੂਐਸਡੀਟੀ ਇਹਦੇ ਵਿੱਚ ਡਿਪੋਜ਼ਿਟ ਕਰਨੇ ਨੇ ਤੁਹਾਡੀ ਮਰਜ਼ੀ ਯਾਨੀ ਕਿ ਕਹਿ ਤੋ ਮਰਾਦ ਇਹ ਕਿ ਤੁਸੀਂ ਕੋਈ ਵੀ ਕੁਇਨ ਬਾਇ ਕਰਨਾ ਉਹਦਾ ਜਿਹੜਾ ਟੈਕਸ ਹੈ ਨਾ ਉਹ BNB ਦੇ ਵਿੱਚ ਕਟਿਆ ਜਾਏਗਾ ਜਿਸ ਤਰੀਕੇ ਨਾਲ ਜੇ ਮੈਂ ਆਪਣਾ ADA ਬਾਇ ਕਰਨਾ ਠੀਕ ਹੈ ADA ਮੈਂ ਬਾਇ ਕਰਨਾ USDT ਦੇ ਨਾਲ ਠੀਕ ਹੈ ADA ਮੈਂ USDT ਦੇ ਨਾਲ ਬਾਇ ਕਰਨਾ ਲੇਕਿਨ ਆਪਣਾ ਉਹ ਜਿਹੜੇ ਪੈਸੇ ਨਾ ਮੈਂ 10 ਡਾਲਰ ਦੇ ਬਾਇ ਕਰਨਾ ADA ਠੀਕ ਹੈ ਉਹ 10 ਡਾਲਰ ਤੇ ਜਿੰਨੇ ADA ਹੈ ਨੇ ਉਹਨੇ ਮਿਲਵਾਨਗੇ ਲੇਕਿਨ ਜਿਹੜੀ ਉਹਦੀ ਫੀਸ ਹੈ ਨਾ ਜਿਹੜਾ ਉਹਦਾ ਥੋੜਾ ਜਿਹਾ ਟੈਕਸ ਹੋਏਗਾ 50 ਸੈਂਟੀਆਂ ਹੋਣੀਆਂ ਜਾਂ 1 ਡਾਲਰ ਟੈਕਸ ਹੋਏਗਾ ਉਹ ਬੀ ਐਨ ਬੀ ਦੇ ਵਿੱਚੋਂ ਕੱਟਿਆ ਜਾਏਗਾ ਸਮਝ ਲੱਗ ਗਈ ਸਾਰਿਆਂ ਨੂੰ ਉਮੀਦ ਕਰਨਾ ਕਿ ਸਮਝ ਲੱਗ ਗਈ ਹੋਏਗੀ ਪੈਸੇ ਡਿਕੋਦਰ ਕਿਸ ਤਰ੍ਹਾਂ ਕਰਨਾ ਨੇ ਅਕਾਊਂਟ ਦੇ ਉੱਪਰ ਮੈਂ ਮਾਊਸ ਦਾ ਜਿਹੜਾ ਨਾ ਤੀਰ ਲੈ ਕੇ ਆਨਾ ਠੀਕ ਹੈ ਤੇ ਇੱਥੇ ਇੱਕ ਆਪਣਾ ਨਾ ਐਡਰੈਸ ਸ਼ੋ ਹੋ ਰਿਹਾ ਉਹ ਕਹਿ ਰਿਹਾ ਕਿ ਤੋ ਅਗਰ ਕਲਿੱਕ ਕਰਦੇ ਹੋ ਤਾਂ ਕਾਪੀ ਹੋ ਜਾਏਗਾ ਦੇਖੋ ਮੈਂ ਕਾਪੀ ਕਰ ਲਿਆ ਤੇ ਬਾਕੀ ਇਸ ਤਰੀਕੇ ਨਾਲ ਤੁਹਾਨੂੰ ਸਮਝ ਨਹੀਂ ਲੱਗਦੀ ਭਈ ਤੇ ਇਹ ਤਿੰਨ ਡਾਟ ਬਣੇ ਨੇ ਤਿੰਨ ਡਾਟ ਦੇ ਉੱਪਰ ਕਲਿੱਕ ਕਰਨਾ ਉਸ ਤੋਂ ਬਾਅਦ ਅਕਾਊਂਟ ਡਿਟੇ ਜੋ ਇਹ ਕਲਿੱਕ ਕਰੋਗੇ ਤੁਸੀਂ ਆਪਣੇ ਮੋਬਾਈਲ ਤੋਂ ਐਸਕੈਨ ਕਰੋਗੇ ਫਿਰ ਵੀ ਆ ਕੋਡ ਜਿਹੜਾ ਤੁਹਾਨੂੰ ਸ਼ੋ ਹੋ ਜਾਏਗਾ ਤੇ ਜਾਂ ਤੁਸੀਂ ਇੱਥੋਂ ਡਾਇਰੈਕਟ ਕਾਪੀ ਵੀ ਕਰ ਸਕਦੇ ਜੇ ਹੁਣ ਇਹਦੇ ਵਿੱਚ ਡਿਪੋਜ਼ਿਟ ਕਿਸ ਤਰੀਕੇ ਨਾਲ ਕਰਨਾ ਠੀਕ ਹੈ ਤੁਹਾਡੇ ਕੋਲ ਕਿਸੇ ਵੀ ਐਕਸਚੇਂਜ ਤੇ ਤੁਹਾਡਾ ਅਕਾਊਂਟ ਬਣਿਆ ਹੋਇਆ ਹੋਵੇ ਤੇ ਤੁਸੀਂ ਆਪਣਾ ਬੀਐਸਈ ਸਮਾਰਟ ਚੇਨ ਦੇ ਜ਼ਰੀਏ ਐਸ ਐਸ ਐਡਰੈਸ ਦੇ ਉੱਪਰ ਪੈਸੇ ਟਰਾਂਸਫਰ ਕਰ ਸਕਦੇ ਹੋ ਇਹ ਦੇਖੋ ਜੀ ਮੈਂ ਬਾਇਨੈਂਸ ਦਾ ਆਪਣਾ ਅਕਾਊਂਟ ਓਪਨ ਕੀਤਾ ਆ ਮੈਂ ਇੱਥੋਂ ਕਰਨਾ ਜੀ ਵਾਲਟਰ ਦੇ ਉੱਪਰ ਜਾਣਾ ਠੀਕ ਹੈ ਵਾਲਟਰ ਦੇ ਉੱਪਰ ਜਾ ਕੇ ਮੈਂ ਓਵਰਵਿਊ ਦੇ ਉੱਪਰ ਕਲਿੱਕ ਕਰਨਾ ਉਸ ਤੋਂ ਬਾਅਦ ਇੱਥੋਂ ਮੈਂ ਪੈਸੇ ਜੀ ਇੱਥੋਂ ਬਾਇਨੈਂਸ ਤੋਂ ਬਾਹਰ ਕਢਾਣੇ ਨੇ ਤੇ ਆਪਣਾ ਮੈਟਾਮਾਸਕ ਅਕਾਊਂਟ ਦੇ ਵਿੱਚ ਮੈਂ ਟਰਾਂਸਫਰ ਕਰਨੇ ਨੇ ਤੇ ਮੈਂ ਕਰਾਂਗਾ ਜੀ ਵਿਦਡਰਾ ਠੀਕ ਹੈ ਵਿਦਡਰਾ ਦੇ ਉੱਪਰ ਮੈਂ ਕਲਿੱਕ ਕੀਤਾ ਉਸ ਤੋਂ ਬਾਅਦ ਇੱਥੇ ਮੈਂ ਕੁਇਨ ਜਿਹੜਾ ਨਾ ਇੱਥੇ ਮੈਂ ਚੂਜ਼ ਕਰ ਲਾਂਗਾ ਜੀ ਬੀਐਨਬੀ ਬੀਐਨਬੀ ਮੈਂ ਚੂਜ਼ ਕੀਤਾ ਉਸ ਤੋਂ ਬਾਅਦ ਇੱਥੇ نیچے ਆ ਗਿਆ ਜੀ ਐਡਰੈਸ ਠੀਕ ਹੈ ਐਡਰੈਸ ਤੇ ਮੈਂ ਜਿਹੜਾ ਐਡਰੈਸ ਅਸੀਂ ਇੱਥੋਂ ਆਪਣਾ ਐਡਰੈਸ ਹੈ ਨਾ ਜਿਹੜਾ ਅਸੀਂ ਇਹ ਤੋਂ ਕਾਪੀ ਕੀਤਾ ਸੀ ਉਹ ਅਸੀਂ ਐਡਰੈਸ ਇੱਥੇ ਪੇਸਟ ਕਰ ਦਵਾਂਗੇ ਜਿਉਂ ਹੀ ਪੇਸਟ ਕੀਤਾ ਨੈਟਵਰਕ ਨੇ ਆਟੋਮੈਟਿਕ ਚੂਜ਼ ਕਰ ਲਿਆ ਹਮੇਸ਼ਾ ਯਾਦ ਰੱਖਣਾ ਕਿ ਜਦੋਂ ਆਪਣੇ ਮੈਟਾਮਾਸਕ ਅਕਾਊਂਟ ਦੇ ਵਿੱਚ ਜਾਂ ਆਪਣੇ ਟਰਸਟ ਵਾਲਟ ਦੇ ਵਿੱਚ ਤੁਸੀਂ ਪੈਸੇ ਟਰਾਂਸਫਰ ਕਰਨੇ ਨੇ ਬੀ ਐਸ ਸੀ ਸਮਾਰਟ ਚੇਨ ਦੇ ਜ਼ਰੀਏ ਹੀ ਤੁਸੀਂ ਇਧਰ ਆਪਣਾ ਜਿਹੜਾ ਨਾ ਇਧਰ ਬੀ ਐਸ ਸੀ ਸਮਾਰਟ ਚੇਨ ਹੀ ਸਿਲੈਕਟ ਕਰਨਾ ਠੀਕ ਹੈ ਜੀ ਬੀ ਐਸ ਸੀ ਸਮਾਰਟ ਚੇਨ अगर तुसी कोई होर पे अपना जिस तरीके दिन के इतने मैं यूएसडीटी एस डी कह रहा सर्च करना जरा ना गौर तसली दे समझ लवो वो भी ना तुम अपने पैसे जाया करके बैठो जाओ हूँ मैं देखो नेटवर्क के दे उपर क्लिक करना तो देखो बैप टू है ठीक है बैप ट्वेंटी है ठीक है ई आर सी ट्वेंटी है तो ट्र टी आर सी ਉਹਨਾ ਦੇਖੋ ਬੈਕ ਟੂ ਇਹਦੇ نیچے ਵੀ ਲਿਖਿਆ ਆ ਜੀ ਬਾਇਨੈਂਸ ਚੇਨ ਐ ਬਾਇਨੈਂਸ ਚੇਨ ਸਿਲੈਕਟ ਨਹੀਂ ਕਰਨਾ ਤੁਸੀਂ ਤੁਸੀਂ ਬਾਇਨੈਂਸ 스마트 ਚੇਨ ਸਿਲੈਕਟ ਕਰਨਾ ਅਗਰ ਆਪਣੇ ਮੈਟਾਮਾਸਕ ਦੇ ਵਿੱਚ ਹੀ ਆਪਣੇ ٹرسٹ ਵਾਲਟਰ ਦੇ ਵਿੱਚ ਪੈਸੇ ਐਂਟਰ ਕਰਨੇ ਨੇ ਡਿਪੋਜ਼ਿਟ ਕਰਨੇ ਨੇ ਠੀਕ ਹੈ ਬਾਇਨੈਂਸ 스마트 ਚੇਨ ਬਾਕੀ ਅਗਰ ਤੁਹਾਡਾ ਕੋਈ ਦੋਸਤ ਕਹਿੰਦਾ ਕਿ ਮੈਨੂੰ ਪੈਸੇ ਟਰਾਂਸਫਰ ਕਰ ਦੇ ਯੂਐਸਡੀ ਟਰਾਂਸਫਰ ਕਰ ਦੇ ਤਾਂ ਹਮੇਸ਼ਾ ਯਾਦ ਰੱਖਣਾ ਕਿ ਉਹਨਾਂ ਕੋਲ ਪੁੱਛ ਲੈਣਾ ਕਿ ਤੁਹਾਡਾ ਨੈਟਵਰਕ ਐਡਰੈਸ ਕਿਹੜਾ ਹੈ টিਆਰਸੀ20 ਹੈ ਯਰਸੀ20 ਹੈ ਜਾਂ ਕਿਹੜਾ ਹੈ ਨਾ ਦੋ ਠੀਕ ਹੈ ਸੇਮ ਐਡਰੈਸ ਦੇਣਾ ਜਿਹੜਾ ਤੁਹਾਡੇ ਦੋਸਤ ਦਾ ਉਹੀ ਤੁਸੀਂ ਇਧਰੋਂ ਸਿਲੈਕਟ ਕਰੋਗੇ ਫਿਰ ਪੈਸੇ ਟਰਾਂਸਫਰ ਹੋਣਗੇ ਆਦਰਵਾਇਜ਼ ਤੁਹਾਡੇ ਪੈਸੇ ਟਰਾਂਸਫਰ ਹੋ ਜਾਣਗੇ ਲੇਕਿਨ ਉਹ ਆਪਣਾ ਸਮਝੋ ਕਿ ਉਹ ਜ਼ਾਇਆ ਹੋ ਜਾਣਗੇ ਸਮਝ ਲੱਗ ਗਈ ਨਹੀਂ ਤੇ ਜੀ ਮੈਂ BNB ਸelect ਕਰਨਾ BNB ਫਿਲਹਾਲ ਮੇਰੇ ਕੋਲ ਨਹੀਂ ਹੈ ਠੀਕ ਹੈ ਮੈਂ ਤਰੀਕਾ ਕਰ ਮੈਂ ਤੁਹਾਨੂੰ ਦੱਸ ਦਿੱਤਾ ਕਿ BSC ਸਮਾਰਟ ਚੇਨ ਨੈਟਵਰਕ ਰੱਖਣਾ ਠੀਕ ਹੈ ਐਡਰੈਸ ਇੱਥੇ ਪੇਸਟ ਕਰਨਾ ਇੱਥੇ ਦੇਖੋ ਜੀ ਮੈਂ ਮਾਨਾ ਸelect ਕਰ ਲੈਣਾ ਕਿਉਂਕਿ ਮੇਰੇ ਕੋਲ BNB 'ਚ ਪੇਮੈਂਟ ਨਹੀਂ ਹੈ ਉਸ ਤੋਂ ਬਾਅਦ ਮੈਂ ਐਡਰੈਸ ਇੱਥੇ ਪੇਸਟ ਕਰ ਲੈਣਾ ਠੀਕ ਹੈ ਆ ਦੇਖੋ ਇਹਨਾਂ ਫਿਲਹਾਲ ERC20 ਅਥੀਰੀਅਮ ਸੈੱਟ ਕਰ ਲੈ ਅਗਰ ਤੁਸੀਂ ਇੱਥੇ ਤੁਹਾਡਾ ਅਥੀਰੀਅਮ ਦਾ ਅਕਾਊਂਟ ਹੈ ਠੀਕ ਹੈ ਅਥੀਰੀਅਮ ਦਾ ਵੇ ਫਿਰ ਤੁਸੀਂ ਇਦੋਂ ईआरसी ट्वेंटी ठीक है ई आर सी ट्वेंटी अथीरियम यूज करोगे समझ लग गई लेकिन अगर थोड़े तो को बी एस सी समार्ट चेन के पैसे ट्रांसफर करने ने फिर बी एस सी समार्ट चेन इतने सिलैक्ट करना ठीक है फिलहाल इतने शो नहीं हो रहा क्योंकि मैं ऊपर जरा ना माना सिलेक्ट किया तो माना जरा सिर्फ ई आर सी ट्वेंटी से ट्रांसफर हो रहा समझ लग गई तुम इतने बी एस सी समार्ट चेन रखना है। ਅਗਰ ਤੁਸੀਂ ਆਪਣੇ ਮੈਟਾਮਾਸਕ ਅਕਾਊਂਟ ਦੇ ਵਿੱਚ BNB ਟ੍ਰਾਂਸਫਰ ਕਰਨੇ ਨੇ ਤੇ ਇੱਥੇ BSC ਸਮਾਰਟ ਚੇਨ ਸਲੈਕਟ ਕਰਨਾ ਉਸ ਤੋਂ ਬਾਅਦ ਪੇਮੈਂਟ ਜਿੰਨੀ ਤੁਸੀਂ ਸੈਂਡ ਕਰਨੀ ਹੈ ਇੱਕ BNB 2 BNB ਠੀਕ ਹੈ ਜਿੰਨਾ ਵੀ ਨੇ ਯਾ ਅਗਰ ਸਾਰੇ ਕਰਨੇ ਨੇ ਤੇ ਸਾਰੇ ਕਲਿੱਕ ਕਰ ਲੈਣਾ ਹੈ ਘਰ ਤੋਂ ਕਰ ਮੇਰੇ ਖਿਆਲ ਦੇ ਨਾਲ 0.01 0.1 0.1 ਜੇਰਾ ਨਾ BNB ਟ੍ਰਾਂਸਫਰ ਹੁੰਦਾ ਉਸ ਤੋਂ ਬਾਅਦ ਜੇ ਤੁਸੀਂ ਇੱਥੇ ਪੇਮੈਂਟ ਲਿਖ ਲੋਗੇ ਨੀਚੇ ਵਿਡਰਾ ਦਾ ਬਟਨ ਆ ਦੇਗਾ ਤੁਸੀਂ ਵਿਡਰਾ ਦੇ ਉੱਪਰ ਕਲਿੱਕ ਕਰੋਗੇ ਉਸ ਤੋਂ ਬਾਅਦ ਕੰਟੀਨਿਊ ਕਰੋਗੇ ਤਾਂ ਇੱਥੇ ਤੁਹਾਡੇ ਈਮੇਲ ਤੇ ਕੋਡ ਆਏਗਾ ਜਾਂ ਤੁਹਾਡੇ ਮੋਬਾਈਲ ਤੇ ਜਾਂ ਅਗਰ ਤੁਸੀਂ ਗੂਗਲ ਵੈਰੀਫਿਕੇਸ਼ਨ ਕੋਡ ਸੈੱਟ ਕੀਤਾ ਹੋਇਆ ਹੋਵੇ ਤੇ ਫਿਰ ਤੁਸੀਂ ਗੂਗਲ ਵੈਰੀਫਿਕੇਸ਼ਨ ਦਾ ਕੋਡ ਦੇਣਾ ਹੈ ਦੋਨੋਂ ਕੋਡ ਦੇਣੇ ਨੇ ਈਮੇਲ ਦਾ ਕੋਡ ਹੈ ਕਲਿਕ ਟੂ ਗੈਟ ਕੋਡ ਦੇ ਉੱਪਰ ਕਲਿਕ ਕਰੋਗੇ ਤੇ ਈਮੇਲ ਤੇ ਕੋਡ ਚਲਾ ਜਾਏਗਾ ਉਸ ਤੋਂ ਬਾਅਦ ਤੁਸੀਂ ਸਬਮਿਟ ਕਰਨਾ ਤੇ ਤੁਹਾਡੀ ਪੇਮੈਂਟ ਜਿਹੜੀ ਨਾ ਉਹ ਤੁਹਾਡੇ ਮੈਟਾ ਮਾਸਕ ਅਕਾਊਂਟ ਦੇ ਵਿੱਚ ਆ ਜਾਏਗੀ ਇੱਥੇ ਠੀਕ ਹੈ ਅਗ ਉਸ ਤੋਂ ਬਾਅਦ ਜੀ ਗੱਲ ਕਰਨੇ ਹੁਣ ਇਥੋਂ ਪੈਸੇ ਬਾਹਰ ਕਢਾਣੇ ਨੇ ਵਿਦਡਰਾ ਕਰਵਾਣੇ ਨੇ ਸੈਂਡ ਕਿਵੇਂ ਕਰਨੇ ਨੇ ਐਗਜ਼ਾਮਪਲ ਜੀ ਕਿ ਮੈਂ ਆਪਣੇ ਮੈਟਾ ਮਾਸਕ ਤੋਂ ਆਪਣੇ ਦੁਬਾਰਾ ਜਿਹੜਾ ਨਾ ਬਾਈਨੈਂਸ ਅਕਾਊਂਟ ਦੇ ਵਿੱਚ ਪੈਸੇ ਜਿਹੜੇ ਨੂੰ ਮੈਂ ਟ੍ਰਾਂਸਫਰ ਕਰਨੇ ਨੇ ਉਹਦੇ ਲਈ ਜੀ ਆਪਣਾ ਮੈਨੂੰ ਚਾਹੀਦਾ ਜੀ ਬਾਇਨੈਂਸ ਦਾ ਬੀਐਨਬੀ ਦਾ ਅਕਾਊਂਟ ਮੈਂ ਵਾਲਟ ਦੇ ਉੱਪਰ ਕਲਿੱਕ ਕਰਨਾ ਠੀਕ ਹੈ ਓਵਰਵਿਊ ਦੇ ਉੱਪਰ ਕਲਿੱਕ ਕਰਨਾ ਜੀ ਉਸ ਤੋਂ ਬਾਅਦ ਇੱਥੇ ਅੱਗੇ ਮੈਂ ਵਿਦਰਾ ਕੀਤਾ ਜੀ ਹੁਣ ਮੈਂ ਡਿਪੋਜ਼ਰ ਦੇ ਉੱਪਰ ਕਲਿੱਕ ਕਰਾਂਗਾ ਡਿਪੋਜ਼ਰ ਦੇ ਉੱਪਰ ਕਲਿੱਕ ਕੀਤਾ ਤੇ ਮੈਨੂੰ ਜੀ ਆਪਣਾ ਡਿਪੋਜ਼ਿਟ ਮੈਂ ਕ੍ਰਿਪਟੋ ਕਰਨੀ ਹੈ ਠੀਕ ਹੈ ਇਹਦੇ ਉੱਪਰ ਕਲਿੱਕ ਕੀਤਾ ਇੱਥੇ ਹੁਣ ਮੈਂ ਸੈਲੈਕਟ ਕਰ ਲਾਂਗਾ ਜੀ ਬੀਐਨਬੀ ਠੀਕ ਹੈ ਮੈਂ ਸੈਲੈਕਟ ਕੀਤਾ and i understand the اوپر کلک ਕੀਤਾ ਉਹਨਾਂ ਦੇਖੋ اگر ਮੈਂ ਇਧਰ BNB ਮੰਗਵਾਉਣੇ ਨੇ ਤਾਂ ਦੇਖੋ ਇੱਥੋਂ ਸੇਮ ਐਡਰੈਸ ਮੈਂ ਜਿਹੜਾ ਕਿਉਂਕਿ ਮੇਰਾ ਜਿਹੜਾ ਨਾ ਮੈਟਾਮਾਸਕ ਉਹ BSC ਸਮਾਰਟ ਚੇਨ ਦਾ ਤੇ ਇਧਰੋਂ ਮੈਨੂੰ ਐਡਰੈਸ ਵੀ BSC ਸਮਾਰਟ ਚੇਨ ਦਾ ਚਾਹੀਦਾ ਬੈਪ 20 ਦਾ ਨਹੀਂ ਚਾਹੀਦਾ ERC 20 ਦਾ ਨਹੀਂ ਚਾਹੀਦਾ ਬੈਪ 20 BSC ਆ ਦੇਖੋ ਲਿਖਿਆ ਹੋਇਆ ਇਹਦੇ ਉੱਪਰ ਮੈਂ ਕਲਿੱਕ ਕਰਾਂਗਾ ਐ ਨੀਚੇ ਜਿਹੜਾ ਐਡਰੈਸ ਆ ਗਿਆ ਇਹਨੂੰ ਇੱਥੋਂ ਮੈਂ ਕਾਪੀ ਕਰ ਲਾਂਗਾ ਜਿਸ ਤਰੀਕੇ ਨਾਲ ਤੁਹਾਡਾ ਦਿਲ ਹੈ ਤੁਸੀਂ ਇਸ ਤਰੀਕੇ ਨਾਲ ਵੀ ਕਾਪੀ ਕਰ ਸਕਦੇ ਜੇ ਇਹ ਕਾਪੀ ਦਾ ਡ੍ਰੈਗ ਬਣਿਆ ਹੋਵੇ ਬਟਨ ਇਹਦੇ ਉੱਪਰ ਕਲਿੱਕ ਕਰੋਗੇ ਤੇ ਬਿਹਤਰ ਹੈ ਠੀਕ ਹੈ ਐਡਰੈਸ ਕਾਪੀ ਹੋ ਗਿਆ ਲਾਸਟ ਹੈ ਜੀ ਆਪਣਾ 199 ਤੇ ਮੈਂ ਮੈਟਮਾਸਕ ਅਕਾਊਂਟ ਦੇ ਵਿੱਚ ਆ ਦਾਂਗਾ ਇੱਥੇ ਮੈਂ ਦੇਖੋ ਸੈਂਡ ਦੇ ਉੱਪਰ ਕਲਿੱਕ ਕਰਨਾ ਉਸ ਤੋਂ ਬਾਅਦ ਇੱਥੇ ਮੈਂ ਜਰਾ ਨਾ ਐਡਰੈਸ ਪੇਸਟ ਕਰ ਦੇਣਾ ਅਡਰੈਸ ਮੈਂ ਪੇਸਟ ਕੀਤਾ ਠੀਕ ਹੈ ਫਿਲਹਾਲ ਉਹ ਕਹਿ ਰਿਹਾ ਤੁਹਾਡੇ ਕੋਲ 0 ਬੀਐਨਬੀ ਹੈ ਇਸ ਤਰੀਕੇ ਨਾਲ ਇਹ ਦੇਖੋ ਇੱਥੇ ਫੀਸ ਲੱਗਦੀ ਏ ਠੀਕ ਹੈ ਗੁਆਈ ਜਿੰਨੂੰ ਫੀਸ ਕਹਿੰਦੇ ਨੇ ਉਹ ਤੁਹਾਡੀ ਬੀਐਨਬੀ ਦੇ ਵਿੱਚ ਕੱਟੀ ਜਾਣੀ ਹੈ ਹਮੇਸ਼ਾ ਯਾਦ ਰੱਖਣਾ ਕਿ ਬੀਐਨਬੀ ਤੁਹਾਡੇ ਵਿੱਚ ਲਾਜ਼ਮੀ ਪੇ ਹੋਣ ਅਗਰ ਤੁਸੀਂ ਕਿਸੇ ਦੂਸਰੇ ਪੇਅਰ ਦੇ ਨਾਲ ਵੀ ਟਰੇਡਿੰਗ ਕਰਦੇ ਜੇ ਕਿਉਂਕਿ ਇਹਨੇ ਫੀਸ ਲਈ ਹੈ ਨਾ ਉਹ ਬੀਐਨਬੀ ਦੇ ਜ਼ਰੀਏ ਕੱਟਣੀ ਉਸ ਤੋਂ ਬਾਅਦ ਇਹ ਸਾਰਾ ਕੁਝ ਕਰ ਲੋਗੇ ਨੈਕਸਟ ਦੇ ਉੱਪਰ ਕਲਿੱਕ ਕਰੋਗੇ ਤੇ ਆਪਣਾ ਤੁਹਾਡਾ ਜਿਹੜਾ ਨਾ ਪੈਸੇ ਟਰਾਂਸਫਰ ਹੋ ਜਾਣਗੇ ਸਮਝ ਲੱਗ ਗਈ ਉਮੀਦ ਕਰਨਾ ਵੀਡੀਓ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗੀ ਹੋਵੇਗੀ ਲਾਜ਼ਮੀ ਵੀਡੀਓ ਨੂੰ ਲਾਈਕ ਠੋਕੋ ਸ਼ੇਅਰ ਕਰੋ ਦੋਸਤਾਂ ਦੇ ਨਾਲ ਤੇ ਇਨਸ਼ਾਅੱਲਾ ਜਲਦੀ ਜਰਾਂ ਨਾ ਇਹਦਾ ਪਾਰਟ ਨੰਬਰ 5 ਵੀ ਲੈ ਕੇ ਆਵਾਂਗਾ ਤੇ ਇਜਾਜ਼ਤ ਦਿਓ ਰੱਬ ਰੱਖਾ ਜੀ